ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਵੀਡੀਓ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਧਨੌਲਾ ਤਾਂ ਕਿਸਾਨਾਂ ਦੇ ਝੰਡੇ ਬਈ ਝੂਲਦੇ ਦੇਖ ਸਕਦੇ ਹੋਗੇ। ਇਹ ਵੀਡੀਓ ਤਾਂ ਬਣਾਈ ਗਈ ਆ ਇੱਕ ਟਰੈਕਟਰ 2511 ਦਾ, ਅੱਜ ਤੋਂ 12 ਸਾਲ ਪਹਿਲਾਂ ਤੁਹਾਡੇ ਵੀਰ ਗੁਰਜੰਟ ਸਿੰਘ ਨੇ ਔਰ ਮਿਸਤਰੀ ਜਗਤਾਰ ਸਿੰਘ ਨੇ ਇੱਕ ਇੰਜਣ ਦਾ ਕੰਮ ਕੀਤਾ ਸੀਗਾ, ਜਿਹੜੇ ਨੂੰ 12 ਸਾਲ ਹੋ ਗਏ। ਸਾਰਾ ਟਰੈਕਟਰ ਓਰਿਜਨਲ ਆ ਬਾਈ ਜੀ, ਚੈੱਕ ਕਰ ਸਕਦੇ ਹੋਗੇ, ਚੱਕੇ ਚੈੱਕ ਕਰ ਸਕਦੇ, ਸਾਰੇ ਓਰਿਜਨਲ ਟਰੈਕਟਰ ਹੈਗਾ ਉਸ ਟਾਈਮ ਦਾ। ਤੁਹਾਨੂੰ ਦਿਖਾਉਂਦੇ ਹਾਂ ਅੱਜ ਤੋਂ 12 ਸਾਲ ਪਹਿਲਾਂ ਇਸ ਦਾ ਕੰਮ ਕੀਤਾ ਸੀਗਾ। ਉਦੋਂ ਬਾਅਦ ਕੋਈ ਵੀ ਨਟ ਨਹੀਂ ਇਹਦਾ ਇੰਜਣ ਦਾ ਖੋਲ੍ਹਿਆ, ਬਿਨਾਂ ਸਰਵਿਸ ਤੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਇਹ ਟਰੈਕਟਰ ਦੇ ਵਿੱਚ ਖਾਸੀਅਤ ਇਹ ਹੈਗੀ, ਤੁਸੀਂ ਇਸ ਟਰੈਕਟਰ ਦੇ ਉੱਪਰ ਬੀਜ ਦੀ ਮੋਟਰ ਵੀ ਲਾ ਸਕਦੇ ਹੋਗੇ, ਬੀਜ ਦੀ ਮੋਟਰ ਵੀ ਚੱਲਦੀ ਹੈ ਟਰੈਕਟਰ ਦੇ ਉੱਤੇ, ਕਦੋਂ ਵੀ ਤੁਸੀਂ ਬੀਜ ਦੀ ਮੋਟਰ ਚਲਾ ਕੇ ਦੇ ਸਕਦੇ ਹੋ। 11 ਹਲ ਇਹ ਟਰੈਕਟਰ 11 ਹਲ ਖਿੱਚਦਾ ਗਾ, ਸਾਰਾ ਟਰੈਕਟਰ ਓਰਿਜਨਲ ਹੈਗਾ। ਆਹ ਮੇਰੇ ਬਰਾਦਰ ਨੇ ਗੇ ਵੱਡੇ ਜਗਤਾਰ ਸਿੰਘ ਜੀ, ਉੱਧਰ ਸਾਡੇ ਦੂਜੇ ਫੋਰਮੈਨ ਜੀ ਖੜ੍ਹੇ ਨੇ ਬਲਦੇਵ ਸਿੰਘ ਜੀ, 3 ਜਣੇ ਇਸ ਵਰਕਸ਼ਾਪ ਦੇ ਵਿੱਚ ਇਸ ਟਾਈਮ ਦੇ ਉੱਤੇ ਕੰਮ ਕਰ ਰਹੇ ਹਾਂ ਵੀਰ ਜੀ। ਅਤੇ ਔਰ ਕਿਸੇ ਨੇ ਪਾਵਰ ਵਧਾਉਣੀ ਆ, ਪਾਵਰ ਕਟਾਈ ਕਰਾਉਣੀ ਹੈਗੀ, ਸੈਂਟਰ ਗੇਅਰ ਕਰਾਉਣਾ ਗਾ, ਕੋਈ ਵੀ ਟਰੈਕਟਰ ਹੈਗਾ HMT ਉਹਦਾ ਕੰਮ ਕਰਵਾਉਣ ਲਈ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਧਨੌਲਾ ਇੱਥੇ ਸੰਪਰਕ ਕਰੋ। ਮੋਬਾਈਲ ਨੰਬਰ 94-5831-9979-7240 'ਤੇ ਸੰਪਰਕ ਕਰ ਸਕਦੇ ਹੋ। ਹੁਣ ਆਪਾਂ ਉਹਨਾਂ ਤੋਂ ਵੀਰ ਜੀ ਤੋਂ ਜਾਣਕਾਰੀ ਲੈਂਦੇ ਹਾਂ ਜਿਨ੍ਹਾਂ ਦਾ ਟਰੈਕਟਰ ਹੈਗਾ ਇਹ, ਅਤੇ ਸਰਦਾਰ ਸਤਨਾਮ ਸਿੰਘ ਜੀ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਬਾਈ ਜੀ ਆਪਾਂ ਤੁਹਾਡੇ ਟਰੈਕਟਰ ਦਾ ਕੰਮ ਕਰਿਆ, ਇੱਧਰ ਹੀ ਸਾਡਾ ਜੋ ਇੱਧਰ ਨੂੰ ਥੋੜ੍ਹਾ ਹਨੇਰਾ ਪੈਂਦਾ। ਅੱਛਾ ਜੀ, ਤੁਹਾਡੇ ਟਰੈਕਟਰ ਦਾ ਕੰਮ ਕਰਿਆ ਜੀ ਤਕਰੀਬਨ ਕਿੰਨੇ ਕੁ ਸਾਲ ਹੋ ਗਏ? 12 ਸਾਲ ਹੋ ਗਏ ਜੀ। 12 ਸਾਲ ਕਿਵੇਂ ਚੱਲ ਰਿਹਾ ਉਦੋਂ ਦਾ ਹੁਣ ਤੱਕ? ਬਹੁਤ ਸਿੱਟ ਚੱਲ ਰਿਹਾ ਜੀ। ਕਿੰਨੇ ਦੀ ਮੋਟਰ ਖਿੱਚ ਲੈਂਦਾ ਜੀ? 20 ਦੀ ਮੋਟਰ ਜੀ। ਹਾਲ ਕਿੰਨੇ ਦੇ ਗਏ? ਫੁੱਲ ਸਟੇ ਜੀ। ਫੁੱਲ ਸਟੇ? ਹਾਂ ਜੀ, 11 ਹਾਲ। 11 ਹਾਲ ਕਿੰਨੇ ਦੀ ਐਵਰੇਜ ਦੇ ਜਾਂਦਾ ਜੀ ਤਕਰੀਬਨ? ਇਹ 22 ਦੇ ਜੀ। 22 ਦੇ ਤਕਰੀਬਨ ਸਾਰੇ ਕਾਹ ਤੇ 22 ਦਾ 2 ਲੀਟਰ ਕਿੱਲੇ ਦਾ ਢਾਰ ਰਿਹਾ ਜੀ। 2 ਲੀਟਰ ਕਿੱਲੇ ਦਾ ਢਾਰ ਰਿਹਾ। ਡਾਇਰੈਕਟ ਦੇ 20 ਦੀ ਤੇ 4.5 ਤੇ ਲੱਖ ਭਾਗ ਵਿੱਚ ਖਿੱਚਦੇ ਪੂਰੇ ਪਾਣੀ ਫੁੱਲ 4 ਇੰਚੀ ਮੈਂ ਪਾਉਂ। ਇਹ ਕਹਿੰਦੇ ਜੀ ਫੁੱਲ ਪਾਣੀ ਦੇ ਰਿਹਾ, 4.5 ਲੀਟਰ ਡੀਜ਼ਲ ਖਾ ਰਿਹਾ ਹੈਗਾ। ਔਰ ਕਿਸ ਦਿਨ ਦਾ ਵੀ ਕੰਮ ਕਰਵਾਇਆ ਇਹਦਾ ਬਿਨਾਂ ਤੇਲ ਤੋਂ? ਕੋਈ ਬਿਨਾਂ ਸਰਵਿਸ ਤੋਂ ਤੁਸੀਂ ਇੰਜਣ ਦਾ ਕੰਮ ਕਰਵਾਇਆ ਕੋਈ ਅੱਜ ਤੱਕ? ਇਹ ਕਹਿੰਦੇ ਬਿਨਾਂ ਇੰਜਣ ਤੋਂ ਅੱਜ ਤੱਕ ਕੋਈ ਕੰਮ ਨਹੀਂ ਕਰਾਇਆ ਬਾਈ। ਇਹ ਪਿੰਡ ਅਤਰ ਸਿੰਘ ਵਾਲੇ ਤੋਂ ਆ ਜੀ। 20 ਕਿੱਲਿਆਂ ਦੀ ਖੇਤੀ ਆ ਬਾਈ ਜੀ, ਤੁਸੀਂ ਦੇਖੋ ਬੰਦੇ ਦੀ ਕਮਾਲ ਆ, ਤੁਸੀਂ ਬੰਦੇ ਦਾ ਜਜ਼ਬਾ ਦੇਖੋ, ਤੁਸੀਂ ਕਮਾਲ ਦੀ ਚੀਜ਼ ਆ ਜੀ। ਬੰਦਾ 25 ਗਰਾਂ ਟਰੈਕਟਰ ਨਾਲ 20 ਕਿੱਲਿਆਂ ਦੀ ਖੇਤੀ ਕਰ ਰਿਹਾ ਬਾਈ ਜੀ, 20 ਕਿੱਲਿਆਂ ਦੀ। ਅੱਜ ਕੱਲ੍ਹ ਵਾਲੇ ਕੋਲ 2 ਕਿੱਲੇ ਆਉਂਦੇ ਨਾ, ਮੇਰੇ ਵਰਗੇ ਕੋਲ 1.5 ਕਿੱਲੇ ਵਾਲਾ ਕਹਿੰਦਾ ਜੌਂਡੀਅਰ ਲਿਆਉਣਾ ਜੀ, ਹਾਲੈਂਡ ਲਿਆਉਣਾ ਜੀ। ਤੁਸੀਂ ਇਹ ਦੇਖੋ, ਇਹ ਉਹ ਝੋਟੇ ਨੇਗੇ ਬਾਈ ਜਿਨ੍ਹਾਂ ਨੂੰ ਸਰਕਾਰ ਨੇ ਬਣਾਇਆ ਜੀ, ਉਹ ਟਾਈਮ ਦੇ ਵਿੱਚ ਸਹੀ ਨੀਤ ਰੱਖ ਕੇ। ਅੱਜ ਵਾਲੀਆਂ ਸਰਕਾਰਾਂ ਨਹੀਂ ਬਾਈ ਜੀ ਮੋਦੀ ਸਰਕਾਰਾਂ ਨੇ, ਇਹ ਤਾਂ ਉਦੋਂ ਦੀਆਂ ਸਰਕਾਰਾਂ ਨੇ ਬਣਾਏ ਹੋਏ ਨੇਗੇ। ਇਹ ਤਾਂ ਇਹਨਾਂ ਨੂੰ ਤਾਂ ਬਣਾਉਣ ਵਾਲੇ ਇੰਜੀਨੀਅਰ ਬਾਈ ਹੁਣ ਦੁਨੀਆ ਤੋਂ ਉੱਠ ਗਏ, ਵੱਗ ਗਏ। ਜੇ ਅੱਜ ਆਉਂਦੇ ਨਾ ਤੁਸੀਂ ਯਾਦ ਕਰਦੀ ਦੁਨੀਆ ਉਹ ਇੰਜੀਨੀਅਰਾਂ ਨੂੰ, ਕੁੱਲ ਚੀਜ਼ ਨਾਲ ਦੀ ਆ, ਲਿੰਕਾਂ ਲੌਂਕਾਂ ਬਾਈ ਦੀ ਫੁੱਲ ਸੰਭਾਈ ਆ। ਤੁਸੀਂ ਰਿੰਬ ਚੈੱਕ ਕਰ ਸਕਦੇ ਹੋ, ਜੱਟ ਦੇ ਟਾਇਰ ਟੱਪਾ ਸਭ ਕੁਛ ਚੈੱਕ ਕਰ ਸਕਦੇ ਹੋ, ਦੇਖ ਲਓ ਕਿੰਨੀ ਸੰਭਾਈ ਆ ਬਾਈ ਦੀ। ਇੰਨੀ ਸੰਭਾਈ ਕੋਈ ਰੱਖਦਾ ਬਾਈ ਜੀ ਟਰੈਕਟਰ ਦੀ? ਕਿਸੇ ਨੇ 25-11, 35-11 ਦਾ ਕੰਮ ਕਰਾਉਣਾ, 69-11 ਦਾ ਕੰਮ ਕਰਾਉਣਾ ਬਾਈ ਜੀ, ਇਹ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋਗੇ ਜਦੋਂ ਮਰਜ਼ੀ। ਟਰੈਕਟਰ ਦੇ ਦੇਖ ਲਓ ਬਾਈ ਜੀ, ਹਾਲੇ ਤੱਕ ਲੋਗੋ ਵੀ ਨਾਲ ਦੇ ਨੇਗੇ। ਆਹ ਸਾਡਾ ਨੰਬਰ ਆ ਜੀ, ਉਦੋਂ ਮਰਜ਼ੀ ਤੁਸੀਂ ਚੈੱਕ ਕਰੋ। 12 ਸਾਲ ਹੋ ਗਏ ਬਾਈ ਜੀ, ਹਾਲੇ ਤੱਕ ਕੋਈ ਨਟ ਨਹੀਂ ਖੋਲ੍ਹਿਆ। ਉਸ ਤੋਂ ਬਾਅਦ ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।